ਜੇਲ੍ਹਾਂ ਵਿੱਚ ਬੰਦ ਖਤਰਨਾਕ ਗੈਂਗਸਟਰਾਂ ਦੇ ਨਾਂ 'ਤੇ ਲੋਕਾਂ ਨੂੰ ਧਮਕਾ ਕੇ ਲੱਖਾਂ ਰੁਪਏ ਠੱਗਣ ਵਾਲੇ 4 ਨੌਜਵਾਨਾਂ ਨੂੰ ਰੂਪਨਗਰ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਨੇ ਇਹਨਾਂ ਮੁਲਜ਼ਮਾਂ ਕੋਲੋਂ ਇੱਕ ਦੇਸੀ ਕੱਟਾ, 12 ਬੋਰ ਅਤੇ 2 ਕਾਰਤੂਸ, 2 ਨਕਲੀ ਪਿਸਤੌਲ, ਫਿਰੌਤੀ ਦੇ ਪੈਸਿਆਂ ਨਾਲ ਖਰੀਦੀ ਪੁਰਾਣੀ ਏਸੈਂਟ ਕਾਰ ਅਤੇ 1,00,000 ਰੁਪਏ ਦੀ ਰਕਮ ਵੀ ਬਰਾਮਦ ਕੀਤੀ ਹੈ। ਰੂਪਨਗਰ ਦੇ ਸੀਨੀਅਰ ਪੁਲਿਸ ਕਪਤਾਨ ਸਵਪਨ ਸ਼ਰਮਾ ਨੇ ਦੱਸਿਆ ਹੈ ਕਿ ਰੂਪਨਗਰ ਜ਼ਿਲ੍ਹੇ ਦੇ ਮੱਖਣ ਸਿੰਘ ਅਤੇ ਸਿਕੰਦਰ ਸਿੰਘ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਪਰਮਾਤਮਾ ਸਿੰਘ ਅਤੇ ਜਗਜੀਤ ਸਿੰਘ ਲੋਕਾਂ ਨੂੰ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਹੋਰਾਂ ਦੇ ਨਾਂ 'ਤੇ ਧਮਕਾ ਕੇ ਪੈਸੇ ਗਰਾਉਂਦੇ ਸਨ। ਉਹਨਾਂ ਕਿਹਾ ਕਿ ਕੀਰਤਪੁਰ ਸਾਹਿਬ ਦੇ ਵਿਅਕਤੀਆਂ ਕੋਲੋਂ ਇਹਨਾਂ ਨੇ 12,00,000 ਰੁਪਏ ਦੀ ਫਿਰੌਤੀ ਲਈ ਅਤੇ ਇਹ ਰਕਮ ਮਿਲਣ ਤੋਂ ਬਾਅਦ ਫਿਰ ਫੋਨ ਕਰਕੇ 5,00,000 ਰੁਪਏ ਹੋਰ ਮੰਗੇ ਸਨ। ਫਿਰੌਤੀ ਲਈ ਦੂਜੀ ਵਾਰ ਫੋਨ ਕਰਨ 'ਤੇ ਪੁਲਿਸ ਨੇ ਕਾਰਵਾਈ ਕੀਤੀ ਤਾਂ 4 ਨੂੰ ਫੜ ਲਿਆ। ਪੁਲਿਸ ਮੁਤਾਬਕ ਉਕਤ ਨੌਜਵਾਨਾਂ ਨੇ ਨਾਲਾਗੜ੍ਹ, ਬੱਦੀ ਅਤੇ ਹੋਰਨਾਂ ਇਲਾਕਿਆਂ ਦੇ ਲੋਕਾਂ ਤੋਂ ਫਿਰੌਤੀ ਮੰਗੀ ਸੀ। DSPD ਦੇ ਸੁਪਰਵਿਜ਼ਨ ਦੇ ਹੇਠ 4 ਬੰਦੇ ਗ੍ਰਿਫਤਾਰ ਕੀਤੇ ਹਨ। 2 ਤਾਂ ਅਨੰਦਪੁਰ ਸਾਹਿਬ ਦੇ ਅਤੇ 2 ਤਰਨ ਤਾਰਨ ਦੇ। ਅਨੰਦਪੁਰ ਸਾਹਿਬ ਦਾ ਇੱਕ ਮੱਖਣ ਸਿੰਘ ਹੈ, ਸਿਕੰਦਰ। ਮੱਖਣ ਸਿੰਘ ਜਿਹੜਾ ਮਾਸਟਰ ਮਾਈਂਡ ਸੀ ਇਸ ਗਰੋਹ ਦਾ, ਅਤੇ ਤਰਨ ਤਾਰਨ ਦੇ ਜਗਜੀਤ ਸਿੰਘ ਤੋਂ ਪਰਮਾਤਮਾ ਸਿੰਘ। ਇਹਨਾਂ ਨੇ ਇਹਨਾਂ ਦਾ ਮੇਲ ਹੋਇਆ ਸੀਗਾ ਇਸ ਸਾਲ ਕੋਈ ਕਾਰ ਸੇਵਾ ਲਈ ਤਰਨ ਤਾਰਨ ਤੋਂ ਇਹ ਅਨੰਦਪੁਰ ਸਾਹਿਬ ਆਏ ਸੀਗੇ। ਮੱਖਣ ਪੁਰਾਣਾ ਇਹਦਾ ਲਿਹਾਜ਼ ਸੀਗਾ ਦਿਲਪ੍ਰੀਤ ਨਾਲ, ਅਤੇ ਮਈ 'ਚ ਇਹਨਾਂ ਨੇ ਫਿਰੌਤੀ ਦਾ ਧੰਦਾ ਸ਼ੁਰੂ ਕੀਤਾ, ਜਿੱਥੇ ਇਹਨਾਂ ਨੇ ਇੱਕ ਮੋੜਾ ਪਿੰਡ ਹੈ ਅਨੰਦਪੁਰ ਸਾਹਿਬ 'ਚ ਪੈਂਦਾ, ਕੀਰਤਪੁਰ ਸਾਹਿਬ 'ਚ, ਉੱਥੇ ਦੇ ਬੰਦੇ ਨੂੰ, ਉਹਦੇ ਕੋਲ ਪੈਸਾ ਆਇਆ ਸੀਗਾ ਕੋਈ ਲੈਂਡ ਡੀਲ ਦਾ, ਇਹਨਾਂ ਨੂੰ ਪਤਾ ਲੱਗਿਆ ਫਿਰੌਤੀ ਦੀ, ਉਹਨੂੰ ਧਮਕੀ ਦਿੱਤੀ ਕਿ ਸਾਨੂੰ ਸੁਪਾਰੀ ਮਿਲੀ ਤੈਨੂੰ ਮਾਰਨ ਦੀ, ਅਤੇ ਤੂੰ ਬਚਣਾ ਅਤੇ ਇਹਨਾਂ ਨਾਲ ਪੈਸਾ ਤੂੰ ਪੇ ਕਰ ਦੇ। ਉਸ ਬੰਦੇ ਨੇ ਮਈ 2018 'ਚ ਪਹਿਲਾਂ ਤਾਂ 7,500,000, 1 ਮਹੀਨੇ ਬਾਅਦ 5,00,000 ਰੁਪਇਆ ਇੱਕ ਡੈਜੀਗਨੇਟਿਡ ਜਗ੍ਹਾ 'ਚ ਇਨ ਚਾਰਾਂ ਨੂੰ ਦਿੱਤਾ। ਉਸ ਤੋਂ ਬਾਅਦ 3 ਹੋਰ ਇਹਨਾਂ ਨੇ ਫਿਰੌਤੀ ਦੀ ਕਾਲਸ ਕੀਤੀਆਂ ਹੈ, ਇੱਕ ਤਾਂ ਇੱਥੇ ਹੀ ਹੈ ਨੰਗਲ 'ਚ, ਇੱਕ ਪਿੰਡ ਹੈ ਉੱਥੇ, ਇੱਕ ਬੱਦੀ 'ਚ ਅਤੇ ਇੱਕ ਨਾਲਾਗੜ੍ਹ 'ਚ। ਅਤੇ ਵੈਪਨ ਰਿਕਵਰ ਹੋਏ ਇਹਨਾਂ ਤੋਂ, ਇੱਕ 12 ਬੋਰ ਦਾ ਕੰਟਰੀ ਮੇਡ ਵੈਪਨ, 2 ਕਾਰਤੂਸ, 1,00,000 ਰੁਪਇਆ, ਇੱਕ ਐਸੈਂਟ ਕਾਰ ਹੈ ਜਿਹੜੀ ਇਹਨਾਂ ਨੇ ਫਿਰੌਤੀ ਦੇ ਪੈਸੇ ਤੋਂ ਲਿੱਤੀ ਸੀਗੀ, ਬਾਕੀ ਪੈਸਾ ਕੁਛ ਤਾਂ ਇਹਨਾਂ ਨੇ ਦਾਨ ਕਰਤਾ ਅਤੇ ਆਪਣੇ ਘਰ ਚਲਾਤਾ। ਸਰ ਜਿਹੜੇ ਗੈਂਗਸਟਰ ਜੇਲ੍ਹਾਂ 'ਚ ਬੰਦ ਹੈ, ਇੱਕ ਤਾਂ ਮੇਨ ਤਾਂ ਦਿਲਪ੍ਰੀਤ ਸੀਗਾ। ਰਾਸ਼ੀ ਤਾਂ ਹੁਣ ਤੱਕ ਤਾਂ ਇਹਨਾਂ ਦੇ ਕੋਲ 12,50,000 ਰੁਪਇਆ ਸੀਗਾ, ਅਤੇ ਬਾਕੀ ਇਨਵੈਸਟੀਗੇਸ਼ਨ ਜਾ ਰਹੀ ਹੈ। 3 ਹੋਰ ਵਾਰਦਾਤਾਂ ਟਾਰਗੇਟ ਵੀ ਕਰਦੇ ਸੀ, ਸਾਨੂੰ ਸੁਪਾਰੀ ਆਈ ਹੈ ਤੇਰੇ ਨਾਂ ਦੀ, ਤੂੰ ਬਚਣਾ ਤਾਂ ਸਾਨੂੰ ਪੈਸਾ ਦੇ। ਹੋਰ ਕਿਸੇ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਇਹਨਾਂ ਨੇ ਕਿਸੇ ਤੋਂ ਹੋਰ ਤੋਂ ਪੈਸੇ ਲਏ? ਲੋਕ ਥੋੜ੍ਹਾ ਇਹਦਾ ਝਿਜਕ ਵੀ ਕਰਦੇ ਹੈ ਸਾਹਮਣੇ ਆਉਣ ਤੋਂ, ਅਤੇ ਜਿਹੜਾ ਜਿਹੜਾ ਇਹਨਾਂ ਦੀ ਇੰਟਰੋਗੇਸ਼ਨ 'ਚ ਆਉਂਦਾ ਹੈ ਆਪਾਂ ਮੋਟੀਵੇਟ ਕਰੇਂਗੇ ਕਿ ਤੁਸੀਂ ਅੱਗੇ ਆਓ ਅਤੇ ਕੰਪਲੇਂਟ ਕਰੋ। ਇਹਨਾਂ ਦੇ ਸੰਬੰਧ ਸਰ ਕਿੱਥੇ, ਕਿਸੇ ਗੈਂਗਸਟਰ ਦੇ ਨਾਲ ਇਹਨਾਂ ਦੇ? ਇੱਕ ਤਾਂ ਦਿਲਪ੍ਰੀਤ ਦੇ ਨਾਲ ਤਾਂ ਸੀਗਾ ਹੀ ਸੀਗਾ, ਅਤੇ ਬਾਕੀ ਵੈਰੀਫਾਈ ਕਰ ਰਹੇ ਹਾਂ। ਸਰ ਇਹ ਟੋਟਲ ਕਿੰਨੇ ਆ ਰਹੇ ਸਰ? ਜੇ ਦਿਲਪ੍ਰੀਤ ਨੂੰ ਇਸ ਮਾਮਲੇ 'ਚ ਤੁਸੀਂ ਕਰੋਗੇ? ਹਾਂਜੀ, ਉਹਨੂੰ ਜੁਆਇਨ ਕਰਾਂਗੇ ਇਨਵੈਸਟੀਗੇਸ਼ਨ, ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਉਣਗੇ। ਤਾਂ ਸਰ ਹੋਰ ਵੀ ਕੁਛ ਲੋਕ ਜਿਹੜੇ ਆ ਇਨਵੈਸਟੀਗੇਸ਼ਨ ਦੇ ਲਈ ਤੁਸੀਂ ਬੱਦੀ ਤੋਂ ਕਰੇ ਸੀ, ਉਹਨਾਂ ਤੋਂ ਕੀ ਦਿਲਪ੍ਰੀਤ ਦੇ ਨਾਲ ਕੋਈ ਕੰਟੈਕਟ ਨਿਕਲਿਆ? ਕੌਣ ਲੋਕ ਨੇ, ਕੀ ਸੀਗਾ? ਨਹੀਂ, ਕੰਟੈਕਟ ਹੁਣ ਤੱਕ ਤਾਂ ਨਹੀਂ ਹੈ, ਤਾਂ ਉਹ ਤਾਂ ਬੰਦੇ ਉਹੀ ਸੀਗੇ ਜਿਹੜੇ ਜਿਨ੍ਹਾਂ ਨੂੰ ਪਹਿਲਾਂ ਉਹਨੇ ਗ੍ਰਿਫਤਾਰ ਹੋਣ ਤੋਂ ਪਹਿਲਾਂ ਫਿਰੌਤੀਆਂ ਦੀ ਧਮਕੀ ਦਿੱਤੀ ਹੋਈ ਸੀਗੀ, ਅਤੇ ਵੈਰੀਫਾਈ ਕਰ ਰਹੇ ਸੀ ਕਿ ਦੁਬਾਰਾ ਤੋਂ ਕਾਲ ਤਾਂ ਨਹੀਂ ਆ ਰਹੇ ਸੀਗਾ। ਰੋਪੜ ਤੋਂ ਸੱਜਣ ਸੈਣੀ ਦੀ ਰਿਪੋਰਟ, ਪੰਜਾਬ ਟੂਡੇ।